ਜਿਹੜੇ ਕਹਿੰਦੇ ਸਾਡੇ ਕੋਲ ਮੋਟੀਵੇਸ਼ਨ ਨਹੀਂ ਹੈਗੀ ਜਾਂ ਸਾਡੇ ਕੋਲ ਆਪਾਂ ਥੱਕ ਜਾਂਦੇ ਕੰਮ ਤੋਂ ਆਗੇ ਜ਼ਿਆਦਾ, ਤੁਹਾਨੂੰ ਮੈਂ ਆਪਣੀ ਖੁਦ ਦੀ ਲਾਈਫ ਦੀ ਐਗਜ਼ਾਮਪਲ ਦੇਣ ਲੱਗਾ ਜੋ ਮੇਰੇ ਨਾਲ 2020 'ਚ ਹੋਇਆ ਸੀ। ਟਰੋਮਾ ਕਹਿ ਲਓ, ਸਟਰਗਲ ਕਹਿ ਲਓ, ਜਾਂ ਕਹਿ ਲਓ ਕਿ ਡਿਸਕੰਫਰਟ ਕਹਿ ਲਓ, ਹੈ ਨਾ, ਜੋ ਵੀ ਤੁਸੀਂ ਨਾਂ ਦੇਣਾ ਇਸ ਚੀਜ਼ ਨੂੰ ਤੁਸੀਂ ਦੇ ਸਕਦੇ। ਜੇ ਜਿਨ੍ਹਾਂ ਨੂੰ ਪਤਾ ਵਾ ਉਹਨਾਂ ਨੂੰ ਪਤਾ, ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੀਆਂ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹਦਾ ਮੈਂ ਕਿ ਇਹ ਚੀਜ਼ਾਂ ਐਜ਼ ਅ ਮੈਨ ਜ਼ਿੰਦਗੀ 'ਚ ਹੁੰਦੀਆਂ ਵਾ, ਅਤੇ ਆਪਾਂ ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਕੇ ਇਮੋਸ਼ਨਸ ਨੂੰ ਸਾਈਡ 'ਤੇ ਰੱਖ ਕੇ ਫਿਰ ਵੀ ਸਾਨੂੰ ਐਜ਼ ਅ ਮੈਨ ਜ਼ਿੰਦਗੀ ਹੈ ਜਿਹੜੀ ਉਹ ਕੰਟੀਨਿਊ ਰੱਖਣੀ ਪੈਂਦੀ ਆ। ਸੋ 2020 'ਚ ਅਕਤੂਬਰ ਦੇ ਵਿੱਚ 2 ਹਫ਼ਤੇ ਹੋਏ ਹੋਣੇ ਆ, ਮੇਰਾ 2.5 ਸਾਲ ਦਾ ਰਿਲੇਸ਼ਨਸ਼ਿਪ ਸੀਗਾ ਉਦੋਂ, ਉਹ ਖਤਮ ਕੀਤਾ ਸੀ ਮੈਂ। 2 ਵੀਕ ਬਾਅਦ ਮੇਰੇ ਮਦਰ ਦੀ ਡੈਥ ਹੋ ਗਈ ਸੀ, ਅਤੇ ਇਹ ਦੋਵੇਂ ਚੀਜ਼ਾਂ ਮੈਂ ਪ੍ਰੋਸੈਸ ਕਰਨ ਡਿਆ ਸੀ, ਪਰ ਮੈਂ ਇੰਡੀਆ ਨਹੀਂ ਜਾ ਪਾਇਆ ਜਦੋਂ ਮੰਮੀ ਦੀ ਡੈਥ ਹੋਈ ਸੀ। ਅਤੇ ਹੁਣ ਆਪਾਂ ਸਾਰਿਆਂ ਨੂੰ ਪਤਾ ਵਾ ਆਪਾਂ ਪੰਜਾਬ 'ਚ ਜੰਮੇ ਪਲੇ ਹਾਂ, ਆਪਾਂ ਸਾਡੀਆਂ ਮਾਵਾਂ ਨੇ ਸਾਨੂੰ ਵੱਡੇ ਕੀਤਾ ਹੁੰਦਾ ਵਾ, ਅਤੇ ਆਪਾਂ ਆਪਣੀਆਂ ਮਾਵਾਂ ਦੇ ਨਾਲ ਬਹੁਤ ਕਲੋਜ਼ ਹੁੰਦੇ ਹਾਂ। ਅਤੇ 3 ਦਿਨਾਂ ਬਾਅਦ ਮੰਮੀ ਦੀ ਡੈਥ ਹੋਣ ਤੋਂ 3 ਦਿਨਾਂ ਬਾਅਦ ਮੈਂ ਵਾਪਸ ਕੰਮ 'ਤੇ ਚਲ ਗਿਆ। ਅਤੇ ਕੰਮ ਵੀ ਉਹ ਇੱਦਾਂ ਦਾ ਨਹੀਂ ਕਿ ਜਿੱਥੇ ਮੈਂ ਬਸ ਬਹਿ ਕੇ ਕਿਸੇ ਚੀਜ਼ 'ਤੇ ਸਟੈਂਪਾਂ ਲਾਉਣੀਆਂ ਵਾ ਜਾਂ ਇੱਕੋ ਚੀਜ਼ ਰਿਪੀਟ ਕਰਨੀ ਆ। ਜਿਹੜੇ ਲੋਕ ਸਟ੍ਰੈਸ ਦੀ ਗੱਲ ਕਰਦੇ ਆ ਕਿ ਸਾਨੂੰ ਕੰਮ ਤੋਂ ਸਟ੍ਰੈਸ ਮਿਲਦੀ ਆ, ਸੋ ਪੁਲਿਸ ਦੀ ਜੋਬ 'ਚ ਇੱਦਾਂ ਹੁੰਦਾ ਵਾ ਕਿ ਜੇ ਬੰਦਾ ਪੂਰਾ 100% ਪ੍ਰੈਜੈਂਟ ਨਹੀਂ ਹੈਗਾ, ਇੱਕ ਗਲਤ ਫੈਸਲਾ ਤੁਹਾਡੀ ਜ਼ਿੰਦਗੀ ਖਤਰੇ 'ਚ ਪਾ ਸਕਦਾ ਵਾ, ਤੁਹਾਡਾ ਜਿਹੜਾ ਪਾਰਟਨਰ ਆ ਉਹਦੀ ਜ਼ਿੰਦਗੀ ਖਤਰੇ 'ਚ ਪਾ ਸਕਦਾ ਵਾ, ਜਾਂ ਕੋਈ ਸਿਵਿਲੀਅਨ ਆ ਉਹਦੀ ਲਾਈਫ ਖਤਰੇ 'ਚ ਪਾ ਸਕਦਾ ਵਾ, ਕਿਸੇ ਨੂੰ ਇੰਜਰੀ ਹੋ ਸਕਦੀ ਹੈ, ਹੈ ਨਾ, ਤੁਹਾਡੀ ਜੋਬ ਜਾ ਸਕਦੀ ਜੇ ਤੁਸੀਂ ਕੋਈ ਗਲਤ ਫੈਸਲਾ ਲੈ ਲਓ। ਅਤੇ ਮੈਂ ਕੰਟੀਨਿਊ ਰੱਖਿਆ ਕੰਮ, ਉਸ ਤੋਂ ਬਾਅਦ ਆਪਣਾ ਵਰਕਆਊਟ, ਆਪਣਾ ਡਾਇਟ, ਜੋ ਵੀ ਮੈਂ ਕਰਦਾ ਹਾਂ ਉਦੋਂ, ਦੌੜ ਲਾਉਣੀ, ਜੋ ਵੀ ਮੈਂ ਕਰਦਾ ਹਾਂ, ਮੈਂ ਅਫਕੋਰਸ ਇਮੋਸ਼ਨਲੀ ਕਹਿ ਲਓ ਕਿ ਬੰਦਾ ਬ੍ਰੇਕਡਾਊਨ ਬਹੁਤ ਹੋ ਜਾਂਦਾ ਵਾ, ਪਰ ਆਪਾਂ ਜੇ ਸੋਚੀਏ ਅੱਜ ਕਿ ਆਪਾਂ ਕੰਮ ਤੋਂ ਆਗੇ ਅਤੇ ਘਰ ਕਾਊਚ 'ਤੇ ਬਹਿ ਕੇ ਨੈੱਟਫਲਿਕਸ ਵੇਖਣਾ ਚਾਹੁੰਦੇ ਹਾਂ, ਆਪਾਂ ਕੰਫਰਟ ਜ਼ੋਨ ਦੇ ਵਿੱਚ ਰਹਿਣਾ ਚਾਹੁੰਦੇ ਹਾਂ, ਉਹਦੇ ਨਾਲ ਕਦੀ ਗਰੋਥ ਨਹੀਂ ਹੋਣੀ। ਉਦੋਂ 2020 ਦੀ ਮੈਂ ਗੱਲ ਤਾਂ ਕਰਨ ਡਿਆ ਵਾਂ ਕਿ ਉਦੋਂ ਮੈਂ ਧੱਕਾ ਲਾ ਕੇ ਆਪਣੇ ਇਮੋਸ਼ਨਸ ਸਾਈਡ 'ਤੇ ਰੱਖ ਕੇ, ਭਾਵੇਂ ਜੋ ਮਰਜ਼ੀ ਹੈ ਨਾ ਆਪਣੇ ਮਨ ਦੇ ਵਿੱਚ ਚੱਲਣ ਡਿਆ ਹੁੰਦਾ, ਪਰ ਦੁਨੀਆ ਵਾ ਜਿਹੜੀ ਉਦੋਂ ਕੋਈ ਨਹੀਂ ਆਇਆ, ਨਾ ਹੀ ਕਿਸੇ ਨੇ ਆਉਣਾ ਵਾ ਜੇ ਤੁਹਾਡੇ 'ਤੇ ਬੁਰਾ ਸਮਾਂ ਚੱਲਣ ਡਿਆ ਵਾ, ਕਿਸੇ ਨੇ ਆ ਕੇ ਤੁਹਾਡੀ ਬਾਂਹ ਨਹੀਂ ਫੜਨੀ। ਉੱਤੋਂ ਦੁਨੀਆ ਨੇ ਬੜਾ ਕਹਿਣਾ ਵਾ ਮਾੜੀ ਮਾੜਾ ਹੋਇਆ ਜਾਂ ਤੁਹਾਡੇ ਨਾਲ ਮਾੜਾ ਹੋਣ ਡਿਆ ਵਾ, ਪਰ ਕਹਿੰਦੇ ਆ ਕੇ ਇਹ ਨਹੀਂ ਕਹਿਣਾ ਕਿ ਹਾਂ ਕੀ ਹਿਸਾਬ ਚੱਲ ਰਿਹਾ ਵਾ, ਕਿੱਦਾਂ ਆਪਾਂ ਤੇਰੀ ਹੈਲਪ ਕਰ ਸਕਦੇ ਹਾਂ। ਸੋ ਐਜ਼ ਅ ਮੈਨ ਤੁਹਾਨੂੰ ਕਹਿ ਲਓ ਕਿ ਆਪਾਂ ਜ਼ੀਰੋ ਤੋਂ ਸ਼ੁਰੂ ਕਰਦੇ ਹਾਂ ਆਪਣੀ ਜ਼ਿੰਦਗੀ, ਆਪਣੀ ਵੈਲਿਊ ਬਣਾਉਣਾ। ਕੋਈ ਵੀ ਇਨਸਾਨ ਆ ਜਿਹੜਾ ਉਹਨੇ ਇਹ ਨਹੀਂ ਆ ਕੇ ਕਹਿਣਾ ਕਿ ਹਾਂ ਫਲਾਣਾ ਸਿਆ ਤੇਰੀ ਜ਼ਿੰਦਗੀ 'ਚ ਆਹ ਚੀਜ਼ ਚੱਲ ਰਹੀ ਆ, ਤੈਨੂੰ ਕਿਸੇ ਹੈਲਪ ਦੀ ਲੋੜ ਆ। ਲੋਕ ਹੈ ਨਾ ਤਮਾਸ਼ਾ ਵੇਖ ਲੈਂਦੇ ਆ ਦੂਰੋਂ। ਸੋ ਜੇ ਤੁਸੀਂ ਤੁਹਾਨੂੰ ਲੱਗਦਾ ਤੁਹਾਡੀ ਜ਼ਿੰਦਗੀ 'ਚ ਕੁਝ ਇੱਦਾਂ ਦਾ ਪੜਾਅ ਆਇਆ ਹੋਇਆ ਵਾ ਜਿੱਥੇ ਤੁਸੀਂ ਇਮੋਸ਼ਨਲੀ ਪੂਰੇ ਹੈ ਨਾ ਬ੍ਰੇਕਡਾਊਨ ਹੋ ਚੁੱਕੇ ਜੇ, ਜਾਂ ਕੁਝ ਵੀ ਤੁਹਾਡਾ ਤੁਸੀਂ ਆਪਣੇ ਲਵਡ ਵਨ ਨੂੰ ਲੂਜ਼ ਕਰ ਚੁੱਕੇ ਜੇ ਜ਼ਿੰਦਗੀ ਦੇ ਵਿੱਚ, ਅਤੇ ਉਹ ਸਮਾਂ ਵਾ ਜਿਹੜਾ ਉਹ ਪ੍ਰੋਸੈਸ ਐਜ਼ ਅ ਮੈਨ ਸਾਨੂੰ ਕਰਨਾ ਪੈਂਦਾ ਵਾ ਆਪਣੇ ਇਮੋਸ਼ਨਸ, ਹੈ ਨਾ, ਭਾਵੇਂ ਜੇ ਤੁਹਾਨੂੰ ਰੋਣਾ ਹੁੰਦਾ ਹੈ ਨਾ ਇਕੱਲਿਆਂ ਬਹਿ ਕੇ ਰੋਲੋ ਰਾਦਰ ਦੈਨ ਕਿਸੇ ਦੇ ਸਾਹਮਣੇ, ਕਿਉਂਕਿ ਅੱਜ ਕੱਲ੍ਹ ਦੁਨੀਆ ਨੇ ਤੁਹਾਨੂੰ ਜੱਜ ਕਰ ਲੈਣਾ ਉਸੇ ਵੇਲੇ ਕਿ ਇਹ ਬੰਦਾ ਵੀਕ ਆ ਜੇ ਤੁਸੀਂ ਕਿਸੇ ਦੇ ਸਾਹਮਣੇ ਰੋਏ। ਸੋ ਆਪਣੇ ਇਮੋਸ਼ਨਸ ਆਪਣੇ ਤੱਕ ਰੱਖੋ ਅਤੇ ਉਹਨਾਂ ਨੂੰ ਸਾਈਡ 'ਤੇ ਕਰਕੇ ਜਿਹੜਾ ਤੁਹਾਡਾ ਪਰਪਸ ਆ ਜੋ ਤੁਸੀਂ ਕਰ ਰਹੇ ਜੀ ਉਹ ਕੰਟੀਨਿਊ ਰੱਖੋ, ਤਾਂ ਕਿ ਜਿਹੜਾ ਤੁਸੀਂ ਉਦੋਂ ਐਫਰਟ ਪਾਉਣਾ ਵਾ ਡਿਸਕੰਫਰਟ ਜ਼ੋਨ ਦੇ ਵਿੱਚ, ਜਦੋਂ ਤੁਸੀਂ ਬਿਲਕੁਲ ਕੰਫਰਟੇਬਲ ਨਹੀਂ ਹੈਗੇ, ਜਦੋਂ ਤੁਹਾਡਾ ਸਟਰਗਲ ਦਾ ਸਮਾਂ ਚੱਲ ਰਿਹਾ ਵਾ, ਜਿਹੜਾ ਰੱਬ ਨੇ ਤੁਹਾਨੂੰ ਰਿਵਾਰਡ ਦੇਣਾ ਵਾ ਉਹ ਸਿਰਫ ਤੁਹਾਨੂੰ ਹੀ ਦੇਣਾ ਵਾ, ਉਹ ਕਿਸੇ ਹੋਰ ਨੂੰ ਨਹੀਂ ਮਿਲਣਾ, ਕਿਉਂਕਿ ਉਦੋਂ ਮਾੜਾ ਸਮਾਂ ਤੁਹਾਡੇ 'ਤੇ ਚੱਲਣ ਡਿਆ, ਅਤੇ ਤੁਸੀਂ ਹੀ ਉਦੋਂ ਹੈ ਨਾ ਧੱਕਾ ਲਾ ਕੇ ਜ਼ੋਰ ਲਾ ਕੇ ਆਪਣੇ ਇਮੋਸ਼ਨਸ ਖਾਮੀਆਂ ਕਮੀਆਂ ਸਾਰੀਆਂ ਸਾਈਡ 'ਤੇ ਰੱਖ ਕੇ ਤੁਸੀਂ ਕੰਮ ਕੀਤਾ, ਹੈ ਨਾ, ਸੱਚੇ ਦਿਲੋਂ ਜੋ ਵੀ ਤੁਸੀਂ ਕਰ ਰਹੇ ਜੇ ਮਿਹਨਤ ਕੀਤੀ ਆਪਣੀ, ਅਤੇ ਆਪਣੇ ਆਪ 'ਚ ਟਾਈਮ ਇਨਵੈਸਟ ਕੀਤਾ, ਆਪਣੇ ਆਪ ਦੀ ਗਰੋਥ ਲਈ ਕੰਮ ਕੀਤਾ, ਅਤੇ ਉਹ ਜਦੋਂ ਉਹਦਾ ਰਿਵਾਰਡ ਮਿਲਦਾ ਭਾਵੇਂ 2 ਸਾਲਾਂ ਬਾਅਦ ਮਿਲੇ, ਭਾਵੇਂ 6 ਮਹੀਨੇ ਬਾਅਦ, ਭਾਵੇਂ 5 ਸਾਲਾਂ ਬਾਅਦ, ਉਹ ਸਿਰਫ ਤੁਹਾਨੂੰ ਹੀ ਮਿਲਣਾ ਵਾ। ਕੋਈ ਤੀਜਾ ਬੰਦਾ ਆ ਕੇ ਜਿਹੜੀ ਤੁਸੀਂ ਮਿਹਨਤ ਕੀਤੀ ਆ ਉਹ ਤੁਹਾਡੇ ਕੋਲ ਖੋ ਨਹੀਂ ਸਕਦਾ, ਤੁਹਾਡਾ ਜਿਹੜਾ ਸਕਿੱਲ ਸੈੱਟ ਆ ਉਹ ਖੋ ਨਹੀਂ ਸਕਦਾ, ਜਿਹੜਾ ਉਸ ਸਮੇਂ ਤੁਸੀਂ ਆਪਣਾ ਮਾਇੰਡ ਸੈੱਟ ਘੜ ਲਿਆ ਵਾ, ਮਾਇੰਡ ਸੈੱਟ ਬਣਾ ਲਿਆ, ਉਹ ਤੀਜਾ ਬੰਦਾ ਆ ਕੇ ਤੁਹਾਡੇ ਕੋਲ ਕਦੀ ਨਹੀਂ ਖੋ ਸਕਦਾ। ਸੋ ਜੇ ਇਹੋ ਕਹਿਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਵਾ ਕਿ ਜਾਂ ਤੁਹਾਡੇ 'ਤੇ ਮਾੜਾ ਸਮਾਂ ਚੱਲਣ ਡਿਆ ਵਾ, ਜਾਂ ਤੁਹਾਨੂੰ ਲੱਗਦਾ ਵਾ ਕਿ ਤੁਸੀਂ 12 ਘੰਟਿਆਂ ਦੀ ਸ਼ਿਫਟ ਲਾ ਕੇ ਆ ਕੇ ਥੱਕ ਜਾਂਦੇ ਜੇ, ਤੁਸੀਂ ਆਪਣੇ ਆਪ 'ਤੇ ਕੰਮ ਨਹੀਂ ਕਰਨਾ ਚਾਹ ਰਹੇ, ਜੇ ਤਾਂ ਤੁਸੀਂ ਫਾਈਨੈਂਸ਼ੀਅਲ ਫਰੀਡਮ ਚਾਹੁੰਦੇ ਜੇ, ਇੱਕ ਵਧੀਆ ਜ਼ਿੰਦਗੀ ਜੀਣਾ ਚਾਹੁੰਦੇ ਜੇ, ਤੁਹਾਨੂੰ ਸਾਈਡ 'ਤੇ ਕੁਝ ਨਾ ਕੁਝ ਆਪਣਾ ਕਰਨਾ ਹੀ ਪੈਣਾ ਵਾ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ। ਉਦੋਂ 2020 ਦੇ ਵਿੱਚ ਮੈਂ ਸ਼ਿਫਟ ਵਰਕ ਵੀ ਕਰਨ ਡਿਆ ਸੀ, ਨਾਲ ਨਾਲ ਮੈਂ ਆਪਣੇ ਬਿਜ਼ਨਸ 'ਤੇ ਕੰਮ ਕਰਨ ਡਿਆ ਸੀ, ਨਾਲ ਨਾਲ ਮੈਂ ਆਪਣੀ
ਬੋਡੀ ਫਿਟਨੈਸ ਹੈ ਨਾ ਸਭ ਕੁਝ ਨਾਲ ਨਾਲ ਕਰਨ ਡਿਆ ਸੀ ਪਰ ਹੁਣ ਜਿਹੜੇ ਲੋਕੀ ਮੈਨੂੰ ਨਹੀਂ ਜਾਣਦੇ ਉਹਨਾਂ ਨੂੰ ਲੱਗਦਾ ਹੋਣਾ ਕਿ ਹੁਣ ਜਿਹੜੀ ਮੇਰੀ ਜ਼ਿੰਦਗੀ ਜੀਨਾ ਵਾ ਜਾਂ ਜੋ ਵੀ ਮੇਰੇ ਕੋਲ ਆ ਜੋ ਵੀ ਐਸੈਟਸ ਕਹਿ ਲਓ ਜਾਂ ਰੀਸੋਰਸਸ ਮੈਂ ਪੋਜ਼ੈਸ ਕਰਦਾ ਵਾ ਉਹ ਘਰੇ ਇਦਾਂ ਹੀ ਆ ਗਿਆ ਨਹੀਂ ਇਹ ਸਾਰੀਆਂ ਚੀਜ਼ਾਂ ਉਹ ਜਿਹੜਾ ਐਜ਼ ਅ ਮੈਨ ਆਪਾਂ ਅਨ ਇਮੋਸ਼ਨਲ ਕਹਿ ਲਓ ਹੋ ਕੇ ਫਿਰ ਵੀ ਆਪਣੇ ਪਰਪਸ ਤੇ ਲੱਗੇ ਰਹਿੰਦੇ ਹਾਂ ਕਿਉਂਕਿ ਘਰੋਂ ਆਪਾਂ ਹਨਾ ਠੀਕ ਠਾਕ ਆ ਸੋ ਸਾਨੂੰ ਪਤਾ ਕਿ ਇਹਨੇ ਬਾਂਹ ਨਹੀਂ ਫੜਨੀ ਜੇ ਆਪਣਾ ਆਪ ਨਾ ਇਸ ਸਿਚੁਏਸ਼ਨ 'ਚ ਉੱਠੇ ਕਿਉਂਕਿ ਜਦੋਂ ਬੰਦਾ ਡਿੱਗਦਾ ਵਾ ਨਾ ਉਦੋਂ ਹਮੇਸ਼ਾ ਦੋ ਰਸਤੇ ਹੁੰਦੇ ਉਹਦੇ ਕੋਲ ਇੱਕ ਤੇ ਜਾਂ ਉਹ ਚੰਗਾ ਜ਼ੋਰ ਲਾ ਕੇ ਉੱਠ ਜਾਂਦਾ ਵਾ ਜਾਂ ਦੂਜੇ ਪਾਸੇ ਸ਼ਰਾਬਾਂ ਪੀ ਲਈਆਂ ਡਿਪਰੈਸ਼ਨ ਹਨਾ ਡਰੱਗਸ ਕਰ ਲਈਆਂ ਸੋ ਅੱਜ ਕੱਲ੍ਹ ਜੇ ਕਿਸੇ ਨਾਲ ਇਹ ਚੀਜ਼ ਹੋ ਰਹੀ ਆ ਕੋਈ ਵੀ ਬੁਰਾ ਸਮਾਂ ਕਿਸੇ ਤੇ ਆਇਆ ਹੋਇਆ ਵਾ ਦੂਜੇ ਪਾਸੇ ਨਾ ਜਾਇਓ ਜ਼ੋਰ ਲਾ ਲਓ ਆਪਣਾ ਜੋ ਮਰਜ਼ੀ ਕਰ ਲਓ ਕੰਫਰਟ ਜ਼ੋਨ ਤੋਂ ਬਾਹਰ ਆ ਕੇ ਹੀ ਗਰੋਥ ਹੋਣੀ ਹੈ ਉਸ ਤੋਂ ਬਿਨਾਂ ਗਰੋਥ ਨਹੀਂ ਹੋਣੀ ਤੁਹਾਡੀ।